ਵਾਹ ਜੀ ਵਾਹ ਕੀ ਬਾਤ ਟੇਸਟੀ ਬਰਫੀ ਬਣੀ ਹੈ ਬਿਨਾ ਖੋਏ ਤੋਂ ਬਿਨਾ ਦੁੱਧ ਤੋਂ ਬਰਫੀ ਤਿਆਰ ਹੋ ਗਈ ਜੀ ਇੱਕ ਵਾਰੀ ਤੁਸੀਂ ਬਣਾ ਕੇ ਘਰੇ ਖਾਓ ਟੇਸਟ ساری ਜ਼ਿੰਦਗੀ ਨਹੀਂ ਭੁੱਲਣਾ ਸਭ ਤੋਂ ਪਹਿਲਾਂ ਦੇਸੀ ਘਿਓ ਦੇ ਆਪਾਂ 2 ਚਮਚੇ ਦੇ ਵਿੱਚ ਪਾਵਾਂਗੇ ਬਿਨਾ ਦੁੱਧ ਤੋਂ ਬਿਨਾ ਖੋਏ ਤੋਂ ਤਿਆਰ ਕਰਾਂਗੇ ਉਸ ਤੋਂ ਬਾਅਦ ਜਦੋਂ ਆਪਣਾ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਇਸ ਦੇ ਵਿੱਚ ਆਪਾਂ ਆਟਾ ਪਾ ਲਾਂਗੇ ਜੀ ਛਾਣ ਕੇ ਜਿਹੜੇ ਆਟੇ ਦੀਆਂ ਆਪਾਂ ਰੋਟੀਆਂ ਬਣਾਉਂਦੇ ਆ ਜਿਨ੍ਹਾਂ ਦੇ ਘਰੇ ਦੁੱਧ ਹੈ ਨਹੀਂ ਉਹਨਾਂ ਵਾਸਤੇ ਤਾਂ ਇਹ ਬਰਫੀ ਬਾਲੀ ਲਾਹੇ ਬਣਦਾ ਯਾਰ ਇੱਕ ਵਾਰੀ ਜੇ ਤੁਹਾਡੇ ਘਰੇ ਕੋਈ ਮਹਿਮਾਨ ਆਉਂਦੇ ਨੇ ਤੁਸੀਂ ਉਹਨਾਂ ਨੂੰ ਬਣਾ ਕੇ ਖਵਾ ਦਿਓ ਮ ਉਸੇ ਤਰੀਕੇ ਨਾਲ ਭੁੰਨਿਆ ਜਾ ਰਿਹਾ ਜੀ ਜਿਹੜੇ ਤਰੀਕੇ ਨਾਲ ਆਪਾਂ ਪ੍ਰਸ਼ਾਦ ਬਣਾਉਨੇ ਹੁੰਨੇ ਆ ਬਿਲਕੁਲ ਇਹਨੂੰ ਬਰਾਊਨ ਕਰ ਲੈਣਾ ਉਸ ਤੋਂ ਬਾਅਦ ਪਾ ਲੈਣਾ ਇਹਦੇ ਵਿੱਚ ਆਪਾਂ ਬੇਸਣ ਵਧੀਆ ਤਰੀਕੇ ਦਾ ਤੁਸੀਂ ਬੇਸਣ ਐਡ ਕਰ ਲਿਓ ਅੱਧੀ ਕਬਾਟੀ ਜਿਹੜੀ ਬਾਟੀ ਆਪਾਂ ਆਟੇ ਦੀ ਪਾਈ ਇੱਕ ਉਹਦੇ ਮੁਕਾਬਲੇ ਅੱਧੀ ਬਾਟੀ ਆਪਾਂ ਬੇਸਣ ਦੀ ਪਾ ਲਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਵੀ ਆਪਾਂ ਮਿਕਸ ਕਰਾਂਗੇ ਭੁੰਨਾਂਗੇ ਦੋ ਚੀਜ਼ਾਂ ਇਹਦੇ ਵਿੱਚ ਹੋਰ ਪਹਿਣੀਆਂ ਤੇ ਮੈਂ ਕਹਿੰਦਾ ਵੀ ਬਰਫੀ ਬਣੂਗੀ ਤੁਹਾਡੇ ਮੂੰਹ ਨਹੀਂ ਲੈਣੀ ਯਾਰ ਤੁਹਾਡੇ ਬੱਚੇ ਜੇ ਕਦੇ ਜिद ਕਰ ਜਾਣ ਵੀ ਅਸੀਂ ਬਾਹਰੋਂ ਗੁਲਾਬ ਜਾਮਨ ਜਾਂ ਕੋਈ ਹੋਰ ਬਰਫੀ ਖਾਣੀ ਹੈ ਤਾਂ ਕਹਦੇ ਉਸ ਤੋਂ ਬਾਅਦ ਆਪ ਦੀ ਵਧੀਆ ਹੋ ਜੇ ਇਸ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਲਾਂਗੇ ਤੁਹਾਡੇ ਕੋਲ ਜੂਸਰ ਵਾਲਾ ਹੈਗਾ ਉਹ ਜੱਗ ਜਿਹਦੇ ਵਿੱਚ ਪਾ ਲਓ ਇਸ ਤੋਂ ਬਾਅਦ ਇਹਦਾ ਬਰਾਦਾ ਬਣਾ ਲਓ ਇੱਕ ਅਲੱਗ ਭਾਂਡੇ ਦੇ ਵਿੱਚ ਕੱਢ ਲਓ ਉਸ ਤੋਂ ਬਾਅਦ ਇਹਦੇ ਵਿੱਚ ਥੋੜੇ ਜਿਹਾ ਬਦਾਮ ਤੇ ਕਾਜੂ ਪਾ ਕੇ ਆਪਾਂ ਇਹਦਾ ਵੀ ਆਪਾਂ ਜਿਹੜਾ ਥੋੜਾ ਜਿਹਾ ਮਿਕਸਚਰ ਹੈ ਉਹ ਬਰੀਕ-ਬਰੀਕ ਕਰ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਆਹ ਲਓ ਜੀ ਉਸ ਤੋਂ ਬਾਅਦ ਬਰਾਦੇ ਨੂੰ ਆਪਾਂ ਨੇ ਬੇਸਣ ਤੇ ਆਪਣੇ ਆਟੇ ਜਿਹੜਾ ਉਹਦੇ ਵਿੱਚ ਆਪਾਂ ਨੇ ਮਿਕਸ ਕਰ ਲਿਆ ਚੰਗੀ ਤਰ੍ਹਾਂ ਹਲਕੇ ਜਿਹੇ ਸਿਲੰਡਰ ਨੂੰ ਆਪਾਂ ਨੇ ਚਲਾ ਕੇ ਹਲਕਾ-ਹਲਕਾ ਸਿਲੰਡਰ ਚੱਲੀ ਜਾਵੇ ਨਾਲ-ਨਾਲ ਇਹਨੂੰ ਆਪਾਂ ਕਰਨਗੇ ਬੱਚੇ ਵੀ ਤੁਹਾਡੇ ਉਸ ਤੋਂ ਬਾਅਦ ਇਹਨੂੰ ਆਪਾਂ ਇੱਕ ਅਲੱਗ ਭਾਂਡੇ ਦੇ ਵਿੱਚ ਕੱਢ ਕੇ ਆਪਾਂ ਹੁਣ ਚਾਸਨੀ ਤਿਆਰ ਕਰਨੀ ਹੈ ਜੀ ਚਾਸਨੀ ਆਪਾਂ ਤਿਆਰ ਕਰਾਂਗੇ ਖੰਡ ਤੋਂ ਠੀਕ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਣੀ ਪਾ ਲੈਨੇ ਆ ਇੱਕ ਛੋਟਾ ਗਲਾਸ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਖੰਡ ਖੰਡਾ ਇੰਨੀ ਕੁ ਆਪਾਂ ਨੇ ਪਾ ਲਈ ਇਸ ਦੀ ਆਪਾਂ ਤਿਆਰ ਕਰਾਂਗੇ ਜੀ ਚਾਸਨੀ ਚਾਸਨੀ ਨੂੰ ਆਪਾਂ ਤਿਆਰ ਕਰਕੇ ਇੱਕ ਅਲੱਗ ਗਲਾਸ ਦੇ ਵਿੱਚ ਕੱਢ ਲਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਬਰਾਦਾ ਪਾਇਆ ਸੀ ਖੋਪੇ ਦਾ ਉਹ ਬੇਸਣ ਤੇ ਆਟਾ ਜਿਹੜਾ ਪੁੰਨਿਆ ਹੋਇਆ ਸੀ ਸਾਰੀਆਂ ਚੀਜ਼ਾਂ ਨੂੰ ਇਸ ਬਾਟੀ ਦੇ ਵਿੱਚ ਪਾ ਕੇ ਇਸ ਤੋਂ ਬਾਅਦ ਇਹਦੇ ਦਾਉਕੇ ਹੋ ਜੂਗਾ ਜਮ ਆਹ ਲੋ ਜੀ ਇਹਨੂੰ ਮਿਕਸ ਕਰਨਾ ਹੈ ਬਿਲਕੁਲ ਚੰਗੇ ਤਰੀਕੇ ਨਾਲ ਤਾਂ ਕਿ ਆਟੇ ਤੇ ਬਰਾਦੇ ਤੇ ਬੇਸਨ ਦੇ ਵਿੱਚ ਜਿਹੜਾ ਇਹ ਮਿਸ਼ਰਣ ਹੈ ਮਿੱਠੇ ਦਾ ਉਹ ਚੰਗੀ ਤਰ੍ਹਾਂ ਮਿਕਸ ਹੋ ਜੇ ਚਾਸਨੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਬਿਲਕੁਲ ਵਧੀਆ ਤਰੀਕੇ ਨਾਲ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਨੇ ਇੱਕ ਭਾਂਡੇ ਦੇ ਵਿੱਚ ਕੱਢ ਲੈਣੀ ਹੈ ਜਿੱਡੇ ਭਾਂਡੇ ਦੇ ਵਿੱਚ ਪੈ ਜੇ ਆਪਾਂ ਥੋੜੇ ਜਿਹੇ ਵੱਡੇ ਦੇ ਵਿੱਚ ਕੱਢ ਰਹੇ ਹਾਂ ਤਾਂ ਕਿ ਇਹ ਛੇਤੀ ਠੰਡੀ ਹੋ ਜੂਗੀ ਠੀਕ ਹੈ ਠੰਡੀ ਕਰਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਪ੍ਰੈਸ ਕਰਕੇ ਜਮਾਉਣੀ ਆਪਾਂ ਇਹਦੀ ਬਰਫੀ ਹੈ ਵਧੀਆ ਤਰੀਕੇ ਦੀ ਬਰਫੀ ਹੈ ਇਸ ਤਰੀਕੇ ਨਾਲ ਪ ਇਹਲਾ ਜੀਤਾ ਉਹ ਡਿੱਕ ਦੇ ਵਿੱਚ ਪਾ ਲੋ ਠੀਕ ਹੈ ਤੁਸੀਂ ਵੱਡੇ ਤੋਂ ਵੱਡੇ ਭਾਂਡੇ ਦੇ ਵਿੱਚ ਇਹਨੂੰ ਜਿੰਨੀ ਮਰਜ਼ੀ ਤਿਆਰ ਕਰ ਲਓ ਇਸ ਤੋਂ ਬਾਅਦ ਜਿਹੜਾ ਆਪਾਂ ਨੇ ਕਾਜੂ ਬਦਾਮ ਜਾ ਉਹ ਕਰਿਆ ਸੀ ਆਪਾਂ ਨੇ ਗ੍ਰੈਂਡ ਉਸ ਨੂੰ ਇਹਦੇ ਉੱਪਰ ਪਾ ਕੇ ਚੰਗੀ ਤਰ੍ਹਾਂ ਕਰਚੀ ਨਾਲ ਦੱਬ ਦਾਂਗੇ ਤਾਂ ਕਿ ਇਹ ਬਰਫੀਆਂ ਦੇ ਵਿੱਚ ਜਾਵੇ ਤੇ ਖਾਣ ਦੇ ਵਿੱਚ ਟੇਸਟ ਜਿਹੜਾ ਹੋਰ ਵੀ ਜਿਆਦਾ ਆਵੇ ਇਸ ਤੋਂ ਬਾਅਦ ਇਹ ਬਿਲਕੁਲ ਓਕੇ ਦੀ ਰਿਪੋਰਟ ਹੋ ਗਈ ਹੁਣ ਆਪਾਂ ਇਹਦੀਆਂ ਬਰਫੀਆਂ ਇਸੇ ਤਰੀਕੇ ਨਾਲ ਇੱਥੇ ਇਹਨਾਂ ਨੂੰ ਕੱਟ ਲਾਂਗੇ ਆਪਾਂ ਜਿਹੜੇ-ਜਿਹੜੇ ਕੱਟ ਲਾਉਣੇ ਨੇ ਉਸ ਤੋਂ ਬਾਅਦ ਇਹਨੂੰ 2 ਘੰਟਿਆਂਾਂ ਦਾ ਫ੍ਰਿਜ ਦੇ ਵਿੱਚ ਰੱਖ ਦਾਂਗੇ ਫਿਰ ਤੁਸੀਂ ਦੇਖਿਓ ਵੀ ਇਹਦਾ ਟੇ ਲੋ ਜੀ ਆਪਾਂ ਹੁਣ ਬਰਫੀ ਇਹ ਚ ਪੱਟ ਕੇ ਦੇਖਦੇ ਆਂ 2 ਘੰਟੇ ਫ੍ਰਿਜ 'ਚ ਰੱਖਣ ਤੋਂ ਬਾਅਦ ਤੇ ਇਹਦਾ ਟੇਸਟ ਕਰਕੇ ਦੇਖਦੇ ਆਂ ਵੀ ਕੀ ਬਾਤ ਐ ਮੈਂ ਕਹਣਾ ਜਮੀ ਜੰਨਤ ਬਰਫੀ ਐ ਜਮੀ